ਕੈਨੇਡਾ ਦੇ ਵਿੱਚ ਭੈਣ ਭਰਾ ਦੀ ਦਰਦਨਾਕ ਮੌਤ ਹੋ ਗਈ। ਹਾਦਸੇ ਦੇ ਵਿੱਚ ਇੱਕ ਹੋਰ ਕੁੜੀ ਦੀ ਵੀ ਜਾਨ ਚਲੀ ਗਈ। ਖੰਨਾ ਦੇ ਕਸਬਾ ਮਲੌਦ ਦੇ ਭੈਣ ਭਰਾ ਦੀ ਕੈਨੇਡਾ ਦੇ ਵਿੱਚ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਦੋਵੇਂ ਚਚੇਰੇ ਭੈਣ ਭਰਾ ਸੀ। ਇਹਨਾਂ ਦੇ ਨਾਲ ਸਮਾਣਾ ਦੀ ਰਹਿਣ ਵਾਲੀ ਇੱਕ ਲੜਕੀ ਵੀ ਸੀ, ਜਿਸ ਦੀ ਵੀ ਮੌਤ ਹੋ ਗਈ ਹੈ। ਖੰਨਾ ਦੇ ਨਾਲ ਸੰਬੰਧਿਤ ਨਵਜੋਤ ਸਿੰਘ ਸੋਮਲ, ਜਿਸ ਦੀ ਉਮਰ 19 ਸਾਲ ਦੀ ਸੀ, ਉਸ ਦੀ ਚਚੇਰੀ ਭੈਣ ਹਰਮਨਜੋਤ ਕੌਰ ਸੋਮਲ, ਜਿਸ ਦੀ ਉਮਰ 23 ਸਾਲ ਦੀ ਸੀ। ਤਾਂ ਮੌਤ ਤੋਂ ਬਾਅਦ ਪਿੰਡ ਬੁਰਕੜਾਂ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਨੂੰ ਜਿਵੇਂ ਹੀ ਇਸ ਗੱਲ ਦੀ ਜਾਣਕਾਰੀ ਮਿਲੀ, ਪਹਿਲਾਂ ਤਾਂ ਉਹਨਾਂ ਨੂੰ ਯਕੀਨ ਨਹੀਂ ਆਇਆ। ਹਾਦਸੇ ਦੀਆਂ ਫੋਟੋਆਂ ਅਤੇ ਬੱਚਿਆਂ ਦੀਆਂ ਲਾਸ਼ਾਂ ਦੇਖ ਕੇ ਉਹਨਾਂ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਮ੍ਰਿਤਕ ਨਵਜੋਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦੇ ਨੇ। ਉਹਨਾਂ ਦੀ ਭਤੀਜੀ ਕਰੀਬ 5 ਸਾਲ ਪਹਿਲਾਂ ਕੈਨੇਡਾ ਗਈ ਸੀ। ਕਰੀਬ 3 ਮਹੀਨੇ ਪਹਿਲਾਂ 17 ਅਪ੍ਰੈਲ ਨੂੰ ਉਸ ਦਾ ਪੁੱਤਰ ਨਵਜੋਤ ਵੀ ਭਾਰਤ ਤੋਂ ਕੈਨੇਡਾ ਗਿਆ ਸੀ। ਉੱਥੇ ਮਾਂਟਰੀਅਲ ਦੇ ਵਿੱਚ ਰਹਿੰਦੇ ਸੀ, ਉੱਥੇ ਹੀ ਪੇਪਰ ਦੇਣ ਜਾ ਰਹੇ ਸੀ। ਤਾਂ ਸਮਾਣਾ ਦੀ ਇੱਕ ਲੜਕੀ ਵੀ ਉਹਨਾਂ ਦੇ ਨਾਲ ਸੀ। ਹਾਦਸੇ ਮੌਕੇ ਕਾਰ ਦਾ ਟਾਇਰ ਫਟ ਗਿਆ ਤੇ ਦਰਦਨਾਕ ਭਾਣਾ ਵਾਪਰ ਗਿਆ। ਹਾਦਸੇ ਦੇ ਵਿੱਚ ਤਿੰਨਾਂ ਦੀ ਮੌਤ ਹੋ ਗਈ। ਤਾਂ ਪਰਿਵਾਰ ਦੇ ਵੱਲੋਂ ਲਾਸ਼ਾਂ ਨੂੰ ਪੰਜਾਬ ਲਿਆਉਣ ਦੇ ਲਈ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ। ਮੇਰਾ ਬੇਟਾ ਸੀ ਨਵਜੋਤ ਸਿੰਘ। ਕਿੰਨੀ ਉਮਰ ਸੀ ਉਹਦੀ? ਤਕਰੀਬਨ 19 ਸਾਲ। ਹਾਂਜੀ, 19 ਸਾਲ ਤਕਰੀਬਨ। ਅੱਛਾ, ਕਿੰਨੀ ਦਿਨ ਪਹਿਲਾਂ ਗਿਆ ਸੀ? 17 ਅਪ੍ਰੈਲ ਜੀ। ਅੱਛਾ, 17 ਅਪ੍ਰੈਲ ਨੂੰ ਗਿਆ ਜੀ। ਹਾਂਜੀ। ਅਤੇ ਜਿਹੜੇ 3 ਬੱਚੇ, ਜਿੱਦਾਂ ਕਿ ਹਾਦਸਾ ਹੋਏ, ਅਤੇ ਕਿੱਦਾਂ ਹੋਏ ਨੇ, ਮਤਲਬ ਕਦੋਂ ਤੁਹਾਨੂੰ ਪਤਾ ਲੱਗਦਾ? ਸਾਨੂੰ ਸਵੇਰੇ 10 ਵਜੇ ਪਤਾ ਲੱਗਿਆ ਸੀਗਾ ਜੀ। ਅਤੇ ਕਿਹੜੇ ਸ਼ਹਿਰ ਸੀ ਬੇਟਾ ਤੁਹਾਡਾ? ਜੀ, ਬੇਟਾ ਕਿਹੜੇ ਸ਼ਹਿਰ ਸੀ? ਮੌਂਟਰੀਅਲ। ਜਿਹੜੇ ਦੂਸਰੇ 2 ਬੱਚੇ ਸੀ ਨਾਲ, ਜਿੱਦਾਂ ਬੇਟੀ ਸੀ ਜਿਹੜੀ, ਉਹ ਇੱਕ ਤਾਂ ਮੇਰੀ ਭਤੀਜੀ ਸੀਗੀ ਜੀ, ਇੱਕ ਸਮਾਣੇ ਤੋਂ ਕੁੜੀ ਸੀ। ਅੱਛਾ ਜੀ। ਹਾਂਜੀ। ਅਤੇ ਕਿਸ ਤਰ੍ਹਾਂ, ਮਤਲਬ ਕਿਹਦੇ ਪਤਾ ਲੱਗਿਆ ਤੁਹਾਨੂੰ? ਸਾਨੂੰ ਬਾਹਰੋਂ ਫੋਨ ਆਇਆ ਜੀ। ਅੱਛਾ ਜੀ, ਭਤੀਜੇ ਦਾ। ਅਤੇ ਉੱਥੇ ਉਹ ਸਟੱਡੀ ਬੇਸ 'ਤੇ ਗਿਆ ਸੀ? ਸਟੱਡੀ 'ਤੇ ਸੀ ਜੀ। ਦੇਖੋ, ਬੜਾ ਦੁੱਖ ਦੀ ਗੱਲ ਆ। ਹੁਣ ਕੀ ਚਾਹੁੰਦੇ ਹੋ ਤੁਸੀਂ? ਮਤਲਬ ਸਰਕਾਰ ਤੋਂ ਚਾਹੁੰਦੇ, ਪੰਜਾਬ ਸਰਕਾਰ ਤੋਂ, ਸੈਂਟਰ ਕਾਰਪੋਰੇਟ ਇੰਡੀਆ ਤੋਂ ਚਾਹੁੰਦੇ, ਬੱਚਿਆਂ ਨੂੰ ਜਲਦੀ ਤੋਂ ਜਲਦੀ ਮੈਂ ਚਾਹਵਾਂਗੇ ਜਿਹੜਾ ਸਾਡਾ ਭਤੀਜਾ ਨਵਜੋਤ ਸਿੰਘ ਸੋਮਲ ਅਤੇ ਹਰਮਨ ਕੌਰ ਸੋਮਲ ਦੀ ਉੱਧਰ ਡੈਥ ਹੋਈ ਆ ਐਕਸੀਡੈਂਟ ਦੇ ਵਿੱਚ, ਸਰਕਾਰ ਉਹਨਾਂ ਦੀਆਂ ਲਾਸ਼ਾਂ ਨੇ ਜਿਹੜੀਆਂ, ਜਲਦੀ ਤੋਂ ਜਲਦੀ ਸਾਡੀ ਹੈਲਪ ਕਰਕੇ ਉਹਨਾਂ ਨੂੰ ਇੱਥੇ ਪਹੁੰਚਾਵੇ, ਤਾਂ ਕਿ ਉਹ ਪਰਿਵਾਰ 'ਤੇ ਜਿਹੜਾ ਦੁੱਖਾਂ ਦਾ ਪਹਾੜ ਪਿਆ ਹੋਇਆ, ਉਹ ਦਿਲ ਨੂੰ ਦਿਲਾਸਾ ਮਿਲ ਸਕੇ। ਔਰ ਸਾਡੇ ਸਾਰੇ ਮਲੌਦ ਵੱਲੋਂ ਅਤੇ ਸਾਡੇ ਏਰੀਏ ਵੱਲੋਂ ਬਹੁਤ ਹੀ ਦੁੱਖ ਪ੍ਰਗਟ ਕੀਤਾ ਗਿਆ, ਸਾਡੇ ਨਾਲ ਆ ਕੇ ਦੁੱਖ ਸਾਂਝਾ ਕੀਤਾ ਗਿਆ। ਅਸੀਂ ਸਾਰੇ ਲੋਕਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਡੇ ਦੁੱਖਾਂ ਨੂੰ ਥੋੜ੍ਹਾ ਜਿਹਾ ਹੌਸਲਾ ਸਾਨੂੰ ਦਿੱਤਾ। ਸਰ, ਸਰਕਾਰ ਤੋਂ ਕੀ ਮੰਗ ਕਰਦੇ ਹੋ? ਗੌਰਮੈਂਟ ਆਫ ਇੰਡੀਆ ਤੋਂ? ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਜੀ, ਵੀ ਸਾਡੀਆਂ ਬੱਚਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ, ਉਹ ਸਹੀ ਟਾਈਮ 'ਤੇ ਜਲਦੀ ਤੋਂ ਜਲਦੀ ਸਾਡੇ ਕੋਲ ਇੱਥੇ ਪਹੁੰਚਾਈਆਂ ਜਾਣ, ਸਾਡੀ ਹੈਲਪ ਕੀਤੀ ਜਾ ਰਹੀ ਹੈ। ਸੀਗੇ ਜੀ 5 ਸਾਲ ਤੋਂ ਉੱਪਰ ਹੋ ਗਿਆ ਸੀ ਟੈਂਸ਼ਨ, ਅਤੇ ਪੈਰੈਂਟ ਸੀ ਅਨਮੈਰਿਡ, ਦੋਨੇ ਬੱਚੇ ਆਪਣੇ ਕੁਆਰੇ ਸੀਗੇ। ਹਾਂਜੀ, ਕੀ ਕਹਿਣਾ ਚਾਹੋਗੇ? ਬੜਾ ਦੁੱਖ, ਵੱਡਾ ਦੁੱਖ ਪਿਆ ਪਰਿਵਾਰ ਦੇ ਉੱਤੇ, ਅਤੇ ਕੀ ਕਹੋਗੇ ਤੁਸੀਂ? ਕੀ ਚਾਹੁੰਦੇ ਹੋ, ਕੀ ਪਰਿਵਾਰ ਕੀ ਚਾਹੁੰਦਾ? ਅਸੀਂ ਚਾਹੁੰਦੇ ਹਾਂ ਜੀ, ਫਿਰ ਉਹਨਾਂ ਦੀ ਡੈਡ ਬੋਡੀ ਲੈਂਦੇ ਹਾਂ ਜੀ, ਸਿਟੀ ਸਾਡੀ ਹੈਲਪ ਕਰੀ ਜਾਵੇ ਜਲਦੀ ਤੋਂ ਜਲਦੀ, ਉਹਨਾਂ ਕਰੀ